ਹਾਈਵੇ ਤੇ ਜਿਸ ਤਰ੍ਹਾਂ ਦੇ ਨਾਲ ਹੁਣ ਪਾਣੀ ਆ ਰਿਹਾ, ਹੁਣ ਲੋਕਾਂ ਨੂੰ ਡਰ ਲੱਗਣਾ ਸ਼ੁਰੂ ਹੋ ਗਿਆ ਕਿ ਪਾਣੀ ਇੰਨਾ ਅਪਰ ਲੈਵਲ ਵੱਧ ਗਿਆ ਹੈ, ਬਹੁਤ ਤੇਜ਼ੀ ਨਾਲ ਵੱਧ ਰਿਹਾ ਅਤੇ ਹਾਈਵੇ ਤੱਕ ਪਾਣੀ ਪਹੁੰਚ ਰਿਹਾ ਅਤੇ ਸ਼ਾਇਦ ਉਹਨਾਂ ਦੇ ਘਰਾਂ ਦੇ ਵਿੱਚ ਵੀ ਦਾਖਲ ਹੋ ਸਕਦਾ ਹੈ, ਜਾਂ ਇੱਥੇ ਦੀ ਆਵਾਜਾਈ ਹੈਗੀ ਹੈ ਜੇ ਇੱਕ ਦੋ ਦਿਨ ਇਸੇ ਤਰ੍ਹਾਂ ਰਿਹਾ ਤਾਂ ਬਿਲਕੁਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈਗੀ। ਦੂਸਰਾ ਜਿੱਥੋਂ ਤੱਕ ਨੱਕਾ ਲਗਾਉਣ ਦਾ ਕੰਮ ਹੈਗਾ, NDRF ਆਰਮੀ ਅਤੇ ਸਿਵਲ ਪਾਣੀ ਦਾ ਬਹਾਅ ਬਹੁਤ ਤੇਜ਼ ਹੈ, ਇਸ ਦੇ ਲਈ ਖਾਲਸਾ ਏਡ ਦੀ ਟੀਮ ਨੂੰ ਬੁਲਾਇਆ ਗਿਆ ਸੀਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ, ਉਹ ਵੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਸਮੱਸਿਆ ਇਹ ਹੈਗੀ ਹੈ ਕਿ ਪਾਣੀ ਦਾ ਬਹਾਵ ਇੰਨਾ ਤੇਜ਼ ਹੈ ਕਿ ਉੱਥੇ ਬੰਨ ਲਾ ਪਾਉਣਾ ਬੜਾ ਮੁਸ਼ਕਿਲ ਹੋ ਰਿਹਾ। 3 ਦਿਨ ਬੀਤ ਚੁੱਕੇ ਨੇ ਅਤੇ ਉਮੀਦ ਕੀਤੀ ਜਾ ਰਹੀ ਇਸ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਬੰਨ ਨੂੰ ਦੁਬਾਰਾ ਬਣਾਉਣ ਦੇ ਵਿੱਚ, ਪੂਰੀ ਤਰ੍ਹਾਂ ਨੱਕਾ ਲਾਉਣ ਦੇ ਵਿੱਚ। ਜੀ ਪਮਲ, ਜਿਸ ਤਰ੍ਹਾਂ ਤਸਵੀਰਾਂ ਅਸੀਂ ਦੇਖ ਪਾ ਰਹੇ ਸੀ ਖੇਤਾਂ ਤੋਂ, ਇਹ ਪਾਣੀ ਹੁਣ ਸੜਕਾਂ ਦੇ ਵਿੱਚ ਆ ਰਿਹਾ ਅਤੇ ਸੜਕਾਂ 'ਤੇ ਪਏ ਟੋਏ ਵੀ ਜੋ ਪ੍ਰਸ਼ਾਸਨ ਨੂੰ ਪਿੱਠ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ। ਖੇਤਾਂ ਤੋਂ ਇਹ ਪਾਣੀ ਜਦੋਂ ਸੜਕਾਂ 'ਤੇ ਪਹੁੰਚੇਗਾ ਤਾਂ ਵਿਜ਼ੀਬਿਲਿਟੀ ਵੀ ਨਹੀਂ ਰਹੇਗੀ ਅਤੇ ਟੋਏ ਵੀ ਕਿਸ ਤਰ੍ਹਾਂ ਹਾਦਸਿਆਂ ਨੂੰ ਸੱਦਾ ਦੇ ਸਕਦੇ ਨੇ। ਆਮ ਲੋਕਾਂ ਦਾ ਇਸ ਬਾਰੇ ਕੀ ਕੁਝ ਕਹਿਣਾ, ਤੁਹਾਡੀ ਗੱਲ ਹੋ ਸਕੀ ਹੈ? ਦੇਖੋ, ਲੋਕ ਜਿਹੜੇ ਇੱਥੋਂ ਦੇ ਨੇ ਉਹ ਪੈਨਿਕ ਜਿਹੜਾ ਹੈਗਾ ਉਹ ਪੂਰੀ ਤਰ੍ਹਾਂ ਫੈਲ ਰਿਹਾ ਹੈਗਾ ਇੱਥੇ ਲੋਕਾਂ ਦੇ ਵਿੱਚ। ਅਸੀਂ ਜਿੱਥੇ ਸੜਕ 'ਤੇ ਲੋਕ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ, ਸੜਕ 'ਤੇ ਲੋਕ ਰੁਕੇ ਹੋਏ ਨੇ ਕਿਉਂਕਿ ਹਾਈਵੇ ਹੈਗਾ, ਇਸ ਦੇ ਲਈ ਇੱਥੇ ਲੋਕ ਰੁਕੇ ਨੇ ਔਰ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਮਾਹੌਲ, ਕਿਉਂਕਿ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਲਦੀ ਇਸ ਸਿਚੁਏਸ਼ਨ 'ਤੇ ਕਾਬੂ ਪਾ ਲਿਆ ਜਾਏਗਾ, ਪਰ ਸਿਚੁਏਸ਼ਨ ਜਿਹੜੀ ਹੈਗੀ ਹੈ ਉਹ ਫਿਲਹਾਲ ਕਿਤੇ ਵੀ ਕੰਟਰੋਲ ਦੇ ਵਿੱਚ ਆਉਂਦੀ ਨਜ਼ਰ ਨਹੀਂ ਆ ਰਹੀ। ਤੁਸੀਂ ਇੱਥੋਂ ਦੇ ਰਹਿਣ ਵਾਲੇ ਹੋ ਇਲਾਕੇ? ਹਾਂਜੀ। ਇਹ ਕਿਹੜੇ ਪਿੰਡ ਪੈਂਦੇ ਨੇ ਜਾਂ ਕਿਸ ਕਿੰਨਾ ਕੁ ਹੁਣ ਇੱਥੇ ਘਰਾਂ ਤੱਕ ਪਾਣੀ ਪੈਂਦਾ ਜੀ? ਇਹ ਹਮੀਰਗੜ੍ਹ ਤੋਂ ਬੋਲ ਰਹੇ ਜੀ ਅਸੀਂ, ਦਰਸ਼ਨ ਕੁਮਾਰ, ਅਤੇ ਸਲੇਮਗੜ੍ਹ, ਭੁੰਦਰ ਪੈਣੀ, ਸੁਰਜਨ ਪੈਣੀ, ਇਹ ਸਾਰੇ ਪਿੰਡ ਡੁੱਬੇ ਹੋਏ ਨੇ। ਸਾਡੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਗੌਰਮੈਂਟ ਨੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਹੋਈ, ਸਾਨੂੰ ਪਾਣੀ ਨੇ ਬਹੁਤ ਜ਼ਿਆਦਾ ਮਾਰ ਪਾਈ ਹੋਈ ਹੈ। ਕਿਸ ਤਰ੍ਹਾਂ ਦਾ ਅਸਰ ਪੈ ਰਿਹਾ ਹੁਣ ਤੁਹਾਡੇ ਰੋਜ਼ ਦੀ ਲਾਈਫ ਦੇ ਉੱਤੇ, ਕਿਸ ਤਰ੍ਹਾਂ ਦਾ ਅਸਰ ਪੈ ਰਿਹਾ ਜਾਂ ਕਿੰਨਾ ਕੁ ਨੁਕਸਾਨ ਹੋ ਰਿਹਾ ਤੁਹਾਨੂੰ? ਬਹੁਤ ਜ਼ਿਆਦਾ ਨੁਕਸਾਨ ਹੈ ਜੀ, ਬਹੁਤ ਬੁਰਾ ਅਸਰ ਪੈ ਰਿਹਾ ਜੀ, ਬਹੁਤ ਜ਼ਿਆਦਾ। ਹਰਾ ਚਾਰਾ ਬਿਲਕੁਲ ਖਤਮ ਹੋ ਗਿਆ ਜੀ, ਜਿਹੜਾ ਪਸ਼ੂਆਂ ਨੂੰ ਦਿੰਦੇ? ਬਿਲਕੁਲ, ਹਰਾ ਚਾਰਾ ਬਿਲਕੁਲ ਖਤਮ ਹੋ ਗਿਆ ਇਸ ਟਾਈਮ ਤਾਂ। ਹੁਣ ਬਿਮਾਰੀ, ਹੁਣ ਪਾਣੀ ਰੁਕੂਗਾ ਤਾਂ ਬਿਮਾਰੀ ਵੀ ਚੱਲੂਗੀ, ਬਿਮਾਰੀ ਦਾ ਵੀ ਬੁਰਾ ਹਾਲ ਹੋਊਗਾ ਜੀ। ਕੋਈ ਸਹੂਲਤ ਨਹੀਂ, ਕੋਈ ਕੁਛ ਨਹੀਂ। ਜਿਹੜੇ ਪਸ਼ੂ ਰੱਖੇ ਹੋਏ ਨੇ ਲੋਕਾਂ ਨੇ ਘਰਾਂ ਦੇ ਵਿੱਚ, ਫਿਰ ਉਹਨਾਂ ਦਾ ਕੀ ਕਰ ਰਹੇ ਨੇ ਹੁਣ? ਪਾਣੀ 'ਚੋਂ ਲੈ ਕੇ ਜਾਣੇ ਵੀ ਦੂਸਰੀ ਗਵਾਂਢੀਆਂ ਤੋਂ ਆਪਣੇ, ਜਿਵੇਂ ਆਪਣਾ ਹਮੀਰਗੜ੍ਹ ਇੱਧਰਲੀ ਸਾਈਡ ਰਹਿ ਗਿਆ ਜੀ, ਆਪਣਾ ਭਾਠੂਆਂ ਲਾ ਲਓ, ਡੂੜੀਆਂ ਲਾ ਲਓ, ਉਹਨਾਂ ਦੇ ਲਿਆਉਣਗੇ ਬਸ। ਹੁਣ ਇਸ ਤਰ੍ਹਾਂ ਮਹੀਨਾ ਨਹੀਂ ਹਰਾ ਹੁੰਦਾ ਜੀ, ਇੱਕ ਮਹੀਨਾ ਗਰੰਟੀ ਹੈ ਜੀ, ਹਰਾ ਨਹੀਂ ਹੁੰਦਾ ਹੈਗਾ। ਇੱਕ ਮਹੀਨਾ ਹਰਾ ਚਾਰਾ ਨਹੀਂ ਹੋਣਾ ਤਾਂ ਫਿਰ ਉਹਦਾ ਬਦਲ ਕੀ ਲੱਭਦੇ ਤੁਸੀਂ? ਕੋਈ ਤੂੜੀ ਪਾਊਗਾ ਜੀ, ਕੋਈ ਉਰਾ ਉਪਰਾ ਤੋਂ ਮੁੱਲ ਲੈਣਗੇ ਹਰਾ, ਤਾਂ ਮਾੜਾ ਗੁਜ਼ਾਰਾ ਚੱਲੂਗਾ ਜੀ। ਇੱਕ ਮਹੀਨਾ ਹਰੇ ਦਾ ਸੁਭਾਵਨਾ ਨਹੀਂ, ਬਾਕੀ ਲੱਗਦਾ ਵੀ ਇਹ ਜਿਹੜਾ ਇਹ ਜਿਹੜੀ ਹੜ੍ਹ ਹੈਗਾ ਇਹ ਪਸ਼ੂਆਂ ਦੇ ਲਈ ਵੀ ਖਤਰਨਾਕ ਹੋ ਗਿਆ ਜੀ, ਬਹੁਤ ਬਹੁਤ ਜ਼ਿਆਦਾ ਖਤਰਨਾਕ ਹੈ। ਸਾਰੀ ਖਾਦ ਪਾਈ ਬੈਠੀ ਹੈ। ਜਿਹੜਾ ਤੁਹਾਡਾ ਰੋਜ਼ ਦੇ ਕੰਮ ਹੈਗੇ, ਰੋਜ਼ਮਰਾ ਦੇ ਕੰਮ, ਉਹ ਕਿਹੜੇ ਕੰਮ ਹੈਗੇ ਜਿਹੜੇ ਤੁਹਾਨੂੰ ਲੱਗਦਾ ਵੀ ਜਿਨ੍ਹਾਂ 'ਤੇ ਅਸਰ ਪਿਆ ਹੈਗਾ, ਕੰਮਕਾਰ, ਦੁਕਾਨਾਂ ਜਾਂ ਕੋਈ ਵਪਾਰ ਹੈਗਾ ਲੋਕਾਂ ਦਾ? ਸਭ ਤੋਂ ਬੜਾ ਤਾਂ ਜੀ ਪਸ਼ੂਆਂ ਦਾ ਔਖਾ ਜੀ। ਪਹਿਲਾਂ ਹਰਾ ਚਾਰਾ ਆਪਾਂ ਤੜਕੀ ਲਿਆਉਂਦੇ ਜੀ, ਹੁਣ ਇਹਨਾਂ ਨੂੰ ਇੱਕ ਮਹੀਨਾ ਜੀ ਤੂੜੀ ਲਾਉਣੀ ਪਊਗੀ ਅਤੇ ਬੁਰਾ ਹਾਲ ਹੀ ਰਹੂਗਾ ਜੀ ਡੰਗਰਾਂ ਦਾ ਜੀ। ਇੱਕ ਮਹੀਨਾ ਹਰਾ ਚਾਰਾ ਨਹੀਂ ਮਿਲਣਾ ਹੈਗਾ, ਬਹੁਤ ਬੁਰਾ ਹਾਲ ਹੈ ਜੀ। ਸੋ ਇੱਥੇ ਦੇ ਸਥਾਨਕ ਵਸਨੀਕ ਹੈਗੇ ਨੇ, ਕਈ ਰੋਜ਼ ਦਾ ਜਨਜੀਵਨ ਅਤੇ ਜਿਹੜਾ ਹੈਗਾ ਉਹ ਪ੍ਰਭਾਵਿਤ ਹੋਇਆ, ਪਰ ਸਭ ਤੋਂ ਵੱਡੀ ਸਮੱਸਿਆ ਇਹਨਾਂ ਦੇ ਜਿਹੜੇ ਮਵੇਸ਼ੀ ਪਸ਼ੂ ਰੱਖੇ ਹੋਏ ਨੇ ਉਹਨਾਂ ਦੇ ਲਈ ਹੈ, ਕਿਉਂਕਿ ਖੇਤ ਡੁੱਬ ਗਏ ਨੇ ਅਤੇ ਹਰਾ ਚਾਰਾ ਪਸ਼ੂਆਂ ਨੂੰ ਪਾਉਣ ਵਾਲਾ ਨਹੀਂ ਹੈਗਾ। ਜਿਹੜੇ ਕਿਸਾਨਾਂ ਦੇ ਖੁਦ ਖੇਤ ਸੀਗੇ, ਹੁਣ ਉਹ ਦੂਸਰੇ ਥਾਵਾਂ ਤੋਂ ਚਾਰਾ ਮੁੱਲ ਲੈ ਕੇ ਆਉਣ ਦੀ ਗੱਲ ਕਰ ਰਹੇ ਨੇ ਕਿ ਉੱਥੋਂ ਮੁੱਲ ਲੈ ਕੇ ਆਉਣਾ ਪਵੇਗਾ,
ਨਹੀਂ ਤੇ ਪਸ਼ੂਆਂ ਨੂੰ ਭੁੱਖੇ ਵੀ ਰਹਿਣਾ ਪੈ ਸਕਦਾ। ਜਿਹੜੇ ਮੱਝਾਂ ਡੰਗਰ ਗਾਂ ਰੱਖੇ ਹੋਏ ਨੇ ਲੋਕਾਂ ਨੇ ਘਰਾਂ ਦੇ ਵਿੱਚ, ਇੱਕ ਉਹਨਾਂ ਦੇ ਲਈ ਵੱਖਰੇ ਕਿਸਮ ਦੀ ਇੱਥੇ ਸਮੱਸਿਆ ਖੜੀ ਹੋ ਗਈ ਹੈ। ਔਰ ਦੂਸਰਾ ਲੋਕਾਂ ਨੂੰ ਡਰ ਹੈਗਾ ਕਿ ਜਿਸ ਸਮੇਂ ਪਾਣੀ ਉਤਰੇਗਾ, ਕਿਉਂਕਿ ਹੁਣ ਹੀ ਕਾਫੀ ਪਾਣੀ ਦੀ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇਵੇਗਾ। ਜੀ ਪਮਲ, ਬਹੁਤ ਬਹੁਤ ਧੰਨਵਾਦ ਤੁਹਾਡਾ ਤਮਾਮ ਜਾਣਕਾਰੀ ਦੇ ਲਈ।